ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨਾਂ 'ਚ ਅਖਬਾਰਾਂ ਦੇ ਵਿੱਚ ਜਿਹੜੀ 1984 6 ਜੂਨ ਨੂੰ ਘੱਲੂਘਾਰਾ ਹੋਇਆ ਦਰਬਾਰ ਸਾਹਿਬ, ਉੱਥੇ ਆਰਮੀ ਜਿਹੜੀ ਸੀ ਉਹਨੇ ਜਿਹੜੇ ਭਾਈ ਸੰਤੋਖ ਸਿੰਘ ਦੀ ਲਾਇਬ੍ਰੇਰੀ ਦੇ ਵਿੱਚੋਂ ਉਹ ਹੱਥ ਲਿਖਤ ਸਰੂਪ ਅਤੇ ਸਾਡੇ ਦਸਤਾਵੇਜ਼ ਇਤਿਹਾਸਿਕ ਤੱਤ ਆਪਣੇ ਜੋ ਪੁਸਤਕ ਸਨ ਉਹ ਸਾਰੇ ਉਹ ਲੈ ਗਏ ਸੀ। ਪਰ ਕੁਝ ਇਹ ਵੀ ਲੋਕ ਕਹਿੰਦੇ ਸੀ ਜੀ ਅੱਗ ਲੱਗੀ ਅੱਗ ਲੱਗੀ ਹੈ, ਪਰ ਅੱਗ ਲੱਗੀ ਵਾਲੀ ਗੱਲ ਜਿਹੜੀ ਬਿਲਕੁਲ ਗਲਤ ਸੀਗੀ। ਉਹ ਇਸ ਗੱਲ ਨਾਲ ਸਾਬਤ ਹੋ ਗਈ ਵੀ ਉਦੋਂ ਤੀਜੇ ਸਾਲ ਹੀ ਆਪਣੇ 84-86 ਦੇ ਵਿੱਚ ਹੀ ਉਹਨਾਂ ਨੇ ਸਰਦਾਰ ਭਾਨ ਸਿੰਘ ਜੀ ਉਹਦੇ ਉਦੋਂ ਸੀਗੇ ਸਕੱਤਰ ਸਨ ਸ਼੍ਰੋਮਣੀ ਕਮੇਟੀ ਦੇ, ਸਰਦਾਰ ਕੁਲਵੰਤ ਸਿੰਘ ਜੀ ਵੀ ਸਕੱਤਰ ਸਨ, ਉਹਨਾਂ ਨੇ ਗੌਰਮੈਂਟ ਨੇ 200 ਤੋਂ ਵੱਧ ਹੱਥ ਲਿਖਤ ਸਰੂਪ ਅਤੇ ਕੁਝ ਹੁਕਮਨਾਮੇ ਕੁਝ ਹੱਥ ਲਿਖਤ ਦਸਤਾਵੇਜ਼ ਉਹਨਾਂ ਨੇ ਦੇ ਦਿੱਤੇ ਸੀ। ਪਰ ਅਜੇ ਵੀ ਸਾਡੇ ਜਿਹੜੀ ਮੰਗ ਸੀ ਸਾਡੀ ਲਿਸਟ ਮੁਤਾਬਕ ਉਹ 500 ਤੋਂ ਵੱਧ ਸੀ, 300 ਸਰੂਪ ਅਤੇ ਕੁਝ ਸਮਝੋ ਵੀ ਹਜ਼ਾਰਾਂ ਦੀ ਗਿਣਤੀ ਦੇ ਦਸਤਾਵੇਜ਼ ਸਾਡੇ ਰਹਿੰਦੇ ਨੇ ਜਿਹੜੇ ਗੌਰਮੈਂਟ ਨੇ ਨਹੀਂ ਦਿੱਤੇ। ਉਹ ਅਖਬਾਰਾਂ ਦੇ ਵਿੱਚ ਖਬਰ ਆਈ ਵੀ ਇੱਕ ਕੋਈ ਸਰੂਪ ਜਿਹੜਾ ਵਾ ਉਹ $4,000 ਨੂੰ ਬਾਹਰ ਦਿੱਤਾ ਗਿਆ ਕਿਸੇ ਅਧਿਕਾਰੀ ਨੇ, ਉਹ ਲੈ ਗਿਆ ਅਤੇ ਉਹਦੀ ਵੀ ਚਰਚਾ ਅਖਬਾਰਾਂ ਦੇ ਵਿੱਚ ਹੋਈ। ਉਹਦੇ ਬਾਰੇ ਫਿਰ ਅੱਜ ਉਹਨਾਂ ਨੇ ਇਹ ਗੱਲ ਹੋਈ ਹੈ ਵੀ ਉਹਦੀ ਘੋਖ ਕਰਾਂਗੇ, ਚੰਗੇ ਵਿਦਵਾਨ ਦੀ ਕਮੇਟੀ ਬਣਾਈ ਜਾਏਗੀ, ਉਹ ਇਮਾਨਦਾਰੀ ਨਾਲ ਘੋਖ ਕਰਨਗੇ, ਜੇ ਜਿਹੜੀ ਵੀ ਗੱਲ ਸਾਬਤ ਹੋਈ ਸੱਚ ਦਾ ਸੱਚ ਉਹ ਸਾਹਮਣੇ ਲਿਆਵਾਂਗੇ, ਜੇ ਜਿਸ ਬੰਦਿਆਂ ਨੇ ਭਾਵਕ ਹੋ ਕੇ ਕੋਈ ਗੱਲ ਕਹੀ ਹੈ ਉਹਦੇ 'ਤੇ ਫਿਰ ਅਸੀਂ ਐਕਸ਼ਨ ਲਵਾਂਗੇ, ਸ਼੍ਰੋਮਣੀ ਕਮੇਟੀ ਉਹਦੇ 'ਤੇ ਵੀ ਮਾਨਹਾਨੀ ਦਾ ਦਾਅਵਾ ਕਰੇਗੀ। ਜੇ ਜਿਨ੍ਹਾਂ ਨੇ ਕੋਈ ਸੱਚ ਹੋਇਆ ਤਾਂ ਫਿਰ ਉਹਨਾਂ ਨੂੰ ਉਸ ਤਰ੍ਹਾਂ ਦੇ ਜੋ ਅਧਿਕਾਰ ਹੋਊਗਾ। ਪਰ ਇਹ ਗੱਲ ਜਿਹੜੀ ਭਾਵਕ ਹੋ ਕੇ ਗੱਲ ਕਿਸੇ ਬੰਦੇ ਨੇ ਕਹੀ ਗਈ ਹੈ ਇਹਦੇ 'ਚ ਕੋਈ ਸੱਚ ਨਹੀਂ ਹੈ ਵੀ ਕੋਈ ਸਰੂਪ ਲੈ ਕੇ ਗਿਆ ਜਾਂ ਕਿਸੇ ਨੇ ਦਿੱਤਾ ਵਾ, ਇਹ ਤੁਹਾਡੇ ਸਾਹਮਣੇ ਹੀ ਅੱਜ ਨਹੀਂ ਕੱਲ੍ਹ ਨਹੀਂ 10 ਦਿਨਾਂ 20 ਦਿਨ ਤੁਹਾਡੇ ਸਾਹਮਣੇ ਇਹ ਸੱਚ ਦਾ ਪ੍ਰਗਟਾਵਾ ਹੋ ਜਾਏ। ਲਾਇਬ੍ਰੇਰੀ 'ਚ ਸਰੂਪ ਖੜਨਾ ਕਿੰਨਾ ਔਖਾ ਕੰਮ ਹੈ? ਬਹੁਤ ਔਖਾ, ਉਹਦੇ 'ਚ ਹੁੰਦਾ ਕੋਈ ਲਿਜਾ ਨਹੀਂ ਸਕਦਾ ਉੱਥੋਂ, ਹਰ ਚੀਜ਼ ਜਿਹੜੀ ਹੈ ਇੱਕ ਸਾਡਾ ਉਹਦਾ ਲਾਭ ਆ ਵੀ ਉੱਥੇ ਕੋਈ ਪੁਸਤਕ ਪੜ੍ਹਨ ਵਾਸਤੇ ਹੀ ਅੰਦਰ ਬਹਿ ਕੇ ਪੜ੍ਹੀ ਜਾ ਸਕਦੀ ਹੈ, ਉੱਥੋਂ ਲਿਜਾਈ ਨਹੀਂ ਜਾ ਸਕਦੀ। ਇਸ ਤਰ੍ਹਾਂ ਇਹ ਇੱਕ ਸਰੂਪ ਕੋਈ ਲੈ ਜਾਵੇ ਉੱਥੋਂ ਅਤੇ ਫਿਰ ਦੂਜੇ ਅਧਿਕਾਰੀ ਬੰਦਿਆਂ ਦਾ ਫਿਰ ਉੱਥੇ ਤਾਂ ਕੋਈ ਗੱਲ ਬਿਲਕੁਲ ਗੱਲ ਹੀ ਨਾ ਰਹੇਗੀ ਕੋਈ। ਬਾਕੀ ਜੇ ਕੋਈ ਗੱਲ ਇਸ ਤਰ੍ਹਾਂ ਦੀ ਹੋਈ ਹੈ ਪਰ ਇਹ ਮਾੜੀ ਫਿਰ ਘਟਨਾ ਹੋਈ ਹੈ, ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ। ਪਰ ਉਹ ਕਹਿੰਦੇ ਵੀ ਸੱਚ ਨੂੰ ਅਸੀਂ ਸਾਹਮਣੇ ਲਿਆਵਾਂਗੇ ਇਸ ਗੱਲ ਨੂੰ, ਅਤੇ ਜਿਹੜੇ ਕਹਿਣ ਵਾਲੇ ਹੋਣਗੇ ਜੇ ਉਹਨਾਂ ਦੇ ਵਿੱਚ ਹੋਊ ਅਸੀਂ ਉਹਨਾਂ ਦੇ ਵੀ ਫਿਰ ਐਕਸ਼ਨ ਲਵਾਂਗੇ। ਨਹੀਂ ਨਹੀਂ ਛੇਤੀ ਹੋਈ ਉਹਨਾਂ ਨੇ ਇਹ ਗੱਲ ਜਿਹੜੀ ਹੈ ਸਮਝੋ ਵੀ ਬਹੁਤ ਛੇਤੀ ਇਹ ਗੱਲ ਕਮੇਟੀ ਬਣਾ ਕੇ ਉਹਨਾਂ ਨੇ ਆਪਣਾ ਪੜਤਾਲੀਆ ਕਮੇਟੀ ਉਹ ਛੇਤੀ ਘੋਖ ਕਰਕੇ ਉਹਦਾ ਇਸ ਦਾ ਪੜਤਾਲ ਕਰ ਲਈ। ਨਹੀਂ ਅਖਬਾਰਾਂ ਵਾਲੇ ਕਹਿੰਦੇ ਜੀ ਉਹ ਦਸਤਾਵੇਜ਼ ਪਹੁੰਚਿਆ ਜਿਹੜਾ ਉਹ ਸੱਚ ਕਹਿ ਰਹੇ ਨੇ, ਅਸੀਂ ਬੰਦੇ ਜਿਹੜੇ ਨੇ ਅਖਬਾਰ ਉਸ ਤਰ੍ਹਾਂ ਹੀ ਬੰਦੇ ਜਿਹੜੇ ਨੇ ਕੁਝ ਗੱਲਾਂ ਗਲਤ ਗੱਲ ਬਿਆਨ ਕਰ ਜਾਂਦੇ ਨੇ ਉਹਨਾਂ ਨੂੰ ਕਰਨਾ ਨਹੀਂ ਚਾਹੀਦਾ। ਉਹਨਾਂ ਕੋਲ ਦਸਤਾਵੇਜ਼ ਹੈ ਸਾਡੇ ਕੋਲ, ਜਿਹੜੇ 200 ਤੋਂ ਵੱਧ ਸਰੂਪ ਵੀ ਆਏ ਨੇ, ਕੁਝ ਹੱਥ ਲਿਖਤ ਜਿਹੜੇ ਗ੍ਰੰਥੀ ਉਹ ਵੀ ਸਾਡੇ ਕੋਲ ਆਏ ਨੇ, ਉਹਨਾਂ ਨੂੰ ਲਿਸਟ ਬਣੀ ਹੋਈ ਹੈ ਬਕਾਇਦਾ। ਨਹੀਂ ਇਹ ਜਦੋਂ ਬਿਲੂ ਸਟਾਰ ਹੋਇਆ ਉਦੋਂ 2-1.5 ਸਾਲ ਤੋਂ ਬਾਅਦ ਹੀ ਇਹ ਸਾਰਾ ਆ ਗਿਆ, ਪਰ ਫਿਰ ਉਦੋਂ ਬਾਅਦ ਮੰਗ ਕਰਦੇ ਰਹੇ ਚੱਲ ਤੈਨੂੰ ਪਤਾ ਹੀ ਆ ਵੀ ਸਰਕਾਰਾਂ ਦੇ ਵੀ ਕਈ ਗੱਲਾਂ ਹੁੰਦੀਆਂ ਨੇ, ਉਹਨੂੰ ਪੜ੍ਹ ਲਿਆ ਔਰ ਕਰ ਲਿਆ ਸਿਆਸੀ ਲੋਕ ਆਪਾਂ ਵਿੱਚ ਉਲਝ ਜਾਂਦੇ ਨੇ ਆਪਣੇ ਕੰਮਾਂ 'ਚ, ਇੱਧਰ ਘੱਟ ਹੀ ਧਿਆਨ ਹੁੰਦਾ। ਹੁਣ ਫਿਰ ਦੁਬਾਰਾ ਇਸ ਗੱਲ ਦਾ ਕੁਝ ਬੰਦਿਆਂ ਨੇ ਧਿਆਨ ਦਿਆ ਵੀ ਇਹ ਗੱਲ ਦਾ ਨਿਪਟਾਰਾ ਕਰੋ, ਨਿਬੇੜੋ ਇਸ ਗੱਲ। ਮੈਂ ਕਿਹਾ ਜੀ ਕਈ ਬੰਦੇ ਭਾਵਕ ਹੋ ਕੇ ਗੱਲ ਕਹਿ ਦਿੰਦੇ ਨੇ,
ਉਹ ਤੁਹਾਡੇ ਸਾਹਮਣੇ ਸੱਚ ਆ ਜਾਏਗਾ, ਵੇਚਣ ਵਾਲਾ ਵੀ ਸਾਹਮਣੇ ਆ ਜਾਏਗਾ ਅਤੇ ਲੈਣ ਵਾਲਾ ਵੀ ਸਾਹਮਣੇ ਆ ਜਾਏਗਾ। ਅੱਗ ਨਹੀਂ, ਕੋਈ ਅੱਗ ਨਹੀਂ ਲੱਗੀ, ਗੱਲ ਦਾ ਇਹ ਤਾਂ ਸੱਚ ਆ ਵੀ ਉੱਥੇ ਸਾਰਾ ਕੁਝ ਉਹ ਲੈ ਕੇ ਗਏ ਨੇ। ਅੱਖੀਂ ਡਿੱਠਾ ਹਾਲ ਜਿਹੜੇ ਲੋਕ ਗੁਆਂਢੀ ਆਂਢੀ ਦੱਸਦੇ ਨੇ ਵੀ 15-16 ਟਰੰਕ ਨਾ ਟਰੱਕ ਇੱਥੋਂ ਗੱਡੀਆਂ ਭਰ ਕੇ ਟਰੰਕਾਂ ਵਿੱਚ ਪਾ ਕੇ ਸਾਰਾ ਸਮਾਨ ਲੈ ਕੇ, ਅੱਗ ਨਹੀਂ ਲੱਗੀ। ਜੇ ਅੱਗ ਲੱਗੀ ਹੁੰਦੀ 200 ਸਰੂਪ ਕਿੱਥੋਂ ਮੋੜਨਾ ਸੀ ਉਹਨਾਂ ਨੇ, ਠੀਕ ਹੈ ਨਾ ਜੀ। ਇਹ ਤਾਂ ਸੱਚ ਆ, ਜਿਹੜੇ ਆਂਢੀ ਗੁਆਂਢੀ ਲੋਕ ਆ ਉਹਨੂੰ ਅਸੀਂ ਵੀ ਜਾ ਕੇ ਪੁੱਛਿਆ, ਆਇਆ ਮੈਂ, ਅਸੀਂ ਆਉਂਦੇ ਰਹੇ ਹਾਂ, ਉੱਥੇ ਮੇਰਾ ਰਿਹਾਇਸ਼ ਨਾਲ ਹੀ ਸੀਗੀ। ਉਹ ਕਹਿੰਦੇ ਕੋਈ ਅੱਗ ਨਹੀਂ ਲੱਗੀ। ਬਾਕੀ ਇਹ ਜ਼ਰੂਰ ਅਸੀਂ ਵੇਖਿਆ ਵੀ ਇੱਥੇ 15-16 ਟਰੱਕ ਆਏ ਨੇ, ਟਰੰਕਾਂ ਵਿੱਚ ਪਾ ਕੇ ਸਾਰਾ ਸਮਾਨ ਲੈ।